ਪੰਜਾਬ ਸਰਕਾਰ ਨੂੰ ਅੱਜ ਹਾਈ ਕੋਰਟ ਦੇ ਵਿੱਚ ਇੱਕ ਵੱਡੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਵਿਕਰਮ ਮਜੀਠੀਆ ਜਿਸ ਨੂੰ ਲੈ ਕੇ ਲਗਾਤਾਰ ਪੋਲਿਟਿਕਲ ਬਿਆਨਬਾਜ਼ੀ ਹੁੰਦੀ ਰਹੀ ਅੱਜ ਹਾਈ ਕੋਰਟ ਦੇ ਵਿੱਚੋਂ ਅਗਰੰਮ ਜ਼ਮਾਨਤ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਪੰਜਾਬ ਸਰਕਾਰ ਨੂੰ ਇੱਕ ਵੱਡੀ ਫਟਕਾਰ ਇਹ ਮੰਨਿਆ ਜਾ ਰਿਹਾ ਹੈ ਸਾਡੇ ਨਾਲ ਤੇ ਵਿਕਰਮ ਹਰਪਾਲ ਚਿਮਾ ਜੀ ਨੀਤੀਮਾ ਸਾਹਿਬ ਲਗਾਤਾਰ ਗੱਲਾਂਬਾਤਾਂ ਹੁੰਦੀਆਂ ਰਹੀਆਂ ਕਿ ਐਫ ਆਈ ਆਰ ਦਰਜ ਕਰ ਦਿੱਤੀ ਹੈ ਅਸੀਂ ਇਹ ਕਰ ਦਿੱਤਾ ਆਮ ਆਦਮੀ ਪਾਰਟੀ ਪਹਿਲੇ ਕਹਿ ਰਹੀ ਸੀ ਕਿ ਇਸ ਤਰੀਕੇ ਦਾ ਹੋਣ ਵਾਲਾ ਹੁਣ ਉਹ ਚੀਜ਼ ਹੋ ਗਈ ਹੈ ਕੋ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾਗਾ ਪੰਜਾਬ ਦੇ ਆਵਾਮ ਨੂੰ ਪਤਾਗਾ ਕਿ ਅਕਾਲੀ ਦਲ ਕਾਂਗਰਸ ਪਾਰਟੀ ਜਿਹੜੀ ਆ ਉਹ ਮਿਲ ਕੇ ਇੱਕ ਫਿਕਸਡ ਮੈਚ ਖੇਡਦੇ ਨੇਗੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਨੂੰ 5 ਸਾਲ ਹੋ ਗਏ ਪਹਿਲਾਂ ਕੈਪਟਨ ਸਾਹਿਬ ਨੇ ਸੋਚ ਚੁੱਕੀ ਕਾਂਗਰਸ ਪਾਰਟੀ ਵੱਲੋਂ ਕੋਈ ਇਨਸਾਫ ਨਹੀਂ ਪੰਜਾਬ ਨੂੰ ਮਿਲਿਆ ਤਿੰਨ ਤਿੰਨ ਪੰਜਾਬ ਦੇ ਐਡਵੋਕੇਟ ਜਨਰਲ ਤਬਦੀਲ ਹੋ ਗਏ ਚਾਰ ਪੰਜਾਬ ਵਿੱਚ ਜਿਹੜਾ ਹੈਗਾ ਡੀਜੀਪੀ ਤਬਦੀਲ ਹੋ ਗਏ ਲਗਾਤਾਰ ਤਬਾਦਲਾ ਦਾ ਤਬਾਦਲਾ ਹੋ ਰਿਹਾ ਹੈਗਾ ਲਗਭਗ 200 ਤੋਂ ਉੱਪਰ ਐਸਪੀ ਤਬਦੀਲ ਹੋ ਗਿਆ ਹਜ਼ਾਰਾਂ ਹੀ ਪਤਾ ਨਹੀਂ ਕਿੰਨੇ ਜਿੰਨੇ ਵੀ ਡੀਐਸਪੀ ਨੇ ਉਹ ਤਬਦੀਲ ਹੋ ਗਏ ਐਸਐਸਪੀ ਤਬਦੀਲ ਹੋ ਰਹੇ ਨੇ ਸਰਕਾਰ ਜਿਹੜੀ ਆ ਅਨਸਟੇਬਲ ਗਵਰਨਮੈਂਟ ਜਿਹੜੀ ਆ ਚੰਨੀ ਸਾਹਿਬ ਦੀ ਪਹਿਲਾਂ ਕੈਪਟਨ ਸਾਹਿਬ ਦੀ ਕੰਮ ਕਰ ਰਹੇ ਨੇ ਔਰ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦਾ ਕੋਈ ਇਨਸਾਫ ਨਹੀਂ ਮਿਲ ਰਿਹਾਗਾ ਲਗਾਤਾਰ ਜਿੰਨੇ ਵੀ ਕੇਸ ਨੇਗੇ ਜਿੰਨੇ ਵੀ ਚਾਹੇ ਬੇਅਦਬੀ ਵਾਲਾ ਕੇਸ ਆ ਚਾਹੇ ਦੂਜੇ ਇਲੈਕਟ੍ਰਿਸਿਟੀ ਵਾਲੇ ਕੇਸ ਨੇਗੇ ਪਾਵਰ ਪਰਚੇਜ ਐਗਰੀਮੈਂਟ ਵਾਲੇ ਕੇਸ ਨੇਗੇ ਚਾਹੇ ਆ ਡਰੱਗ ਕੇਸ ਦੇ ਵਿੱਚ ਮਜੀਠੀਆ ਸਾਹਿਬ ਦੀ ਜ਼ਮਾਨਤ ਆ ਸਾਰਿਆਂ ਵਿੱਚ ਸਰਕਾਰ ਜਿਹੜੀ ਆ ਸੋ ਹਾਰ ਰਹੀਆਂ ਜਾਣਬੁੱਝ ਕੇ ਜਿਹੜੇ ਫੈਕਟ ਨੇਗੇ ਉਹ ਮਨਜੋਖ ਹਾਈ ਕੋਰਟ ਤੋਂ ਲੁਕੋਏ ਜਾ ਰਹੇ ਨੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੂਗੀ ਇਹਨਾਂ ਸਾਰੇ ਦੋਸ਼ੀਆਂ ਨੂੰ ਕੁਟਾਰੇ 'ਚ ਲੰਗਾ ਕਰਾਂਗੇ ਔਰ ਸਜ਼ਾ ਮਦਵਾਵਾਂਗੇ ਸਰਬਾ ਸਾਹਿਬ ਲਗਾਤਾਰ ਪੰਜਾਬ ਸਰਕਾਰ ਨੇ ਯਤਨ ਤਾਂ ਕੀਤੇ ਕਿ ਪੀ ਚਦੰਬਰਮ ਨੂੰ ਬੁਲਾਇਆ ਗਿਆ ਇਸ ਕੇਸ ਦੇ ਵਿੱਚ ਵੱਡੇ ਵੱਡੇ ਵਕੀਲ ਟੌਪ ਦੇ ਵਕੀਲਾਂ ਚੋਂ ਇੱਕ ਨੇ ਪੰਜਾਬ ਦੀ ਏਜੀ ਤੇ ਵਿਸ਼ਵਾਸ ਤੱਕ ਨਹੀਂ ਉਹਨਾਂ ਨੂੰ ਹੈਗਾ ਸੀ ਚਦੰਬਰਮ ਸਾਹਿਬ ਆਏ ਫਿਰ ਵੀ ਬੇਲ ਮਿਲਦੀ ਦੇਖੋ ਮੈਂ ਬਾਰ-ਬਾਰ ਕਹਿ ਰਿਹਾ ਕਿ ਜਿਹੜੇ ਵੀ ਐਡਵੋਕੇਟ ਜਨਰਲ ਅਪਾਇੰਟ ਕੀਤੇ ਗਏ ਨੇ ਕਾਂਗਰਸ ਪਾਰਟੀ ਸਰਕਾਰ ਵੱਲੋਂ ਉਹਨਾਂ ਨੇ ਕਦੇ ਪੰਜਾਬ ਦਾ ਪੱਖ ਮਾਨਯੋਗ ਹਾਈ ਕੋਰਟ 'ਚ ਨਹੀਂ ਰੱਖਿਆ ਜਿਹੜੇ ਫੈਕਟ ਨੇਗੇ ਜਿਹੜੇ ਸਬੂਤ ਨੇਗੇ ਉਹ ਬਿਧ ਹੈਲਡ ਕੀਤੇ ਜਾਂਦੇ ਰਹੇ ਜਾਣਬੁੱਝ ਕੇ ਦੋਸ਼ੀਆਂ ਨੂੰ ਇੱਕ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਚਾਹੇ ਉਹ ਬੇਅਦਬੀ ਦੇ ਕੇਸਾਂ ਦੀ ਗੱਲ ਕਰ ਲਈਏ ਚਾਹੇ ਉਹ ਇਲੈਕਟ੍ਰਿਸਿਟੀ ਦੇ ਕੇਸਾਂ ਦੀ ਗੱਲ ਕਰ ਲਈਏ ਚਾਹੇ ਆ ਜਿਹੜੀ ਡਰੱਗ ਦੇ ਵਿੱਚ ਜ਼ਮਾਨਤ ਦੀ ਗੱਲ ਕਰੇ ਜਿੰਨੇ ਵੀ ਕੇਸ ਜਿਹੜੇ ਇੰਪੋਰਟੈਂਟ ਕੇਸ ਨੇ ਪੰਜਾਬ ਦੇ ਸਾਰਿਆਂ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਦੀਨ ਇੱਕ ਮਿਲੀ ਭੁਗਤਾਨ ਦੇ ਦੀਨ ਇੱਕ ਆਪਸੀ ਗੱਠ ਜੋੜ ਦੇ ਦੀਨ ਜਿਹੜਾ ਹੈ ਕਿ ਦੋਸ਼ੀਆਂ ਨੂੰ ਬਚਾਇਆ ਜਾਂਦਾ ਰਿਹਾ ਔਰ ਲਗਾਤਾਰ ਪੰਜਾਬ ਦੇ ਖਿਲਾਫ ਕਾਂਗਰਸ ਪਾਰਟੀ ਭੁਗਤੀ ਰਹੀ ਆ ਕਾਂਗਰਸ ਸਰਕਾਰ ਜਿਹੜੀ ਆ ਭੁਗਤੀ ਰਹੀ ਆ ਤਾਰੇ ਦੇਖਿਆ ਜਾਵੇ ਤਾਂ ਬੱਸਾਂ ਵਾਲੇ ਕੇਸ ਦੇ ਵਿੱਚ ਜੋ ਰਾਜਾ ਵੜਿੰਗ ਨੇ ਕਾਰਵਾਈ ਕੀਤੀਆਂ ਸੀ ਉਹ ਵੀ ਛਟਕਾਰਾ ਹੋ ਗਿਆ ਹਾਈ ਕੋਰਟ ਦੇ ਵਿੱਚ ਉਹਦੇ ਵਿੱਚ ਵੀ ਫਟਕਾਰ ਮਿਲ ਗਈ ਐਡਵੋਕੇਟ ਜਨਰਲ ਆਫਿਸ ਇੰਨਾ ਜ਼ਿਆਦਾ ਵੀਕ ਹੈਗਾ ਕਿ ਕਿਸੇ ਵੀ ਮਾਮਲੇ ਦੇ ਵਿੱਚ ਕਦੇ ਜਿੱਤ ਕੇ ਵਿਖਾਈ ਨਹੀਂ ਸਕਿਆ ਅਗਰ ਬਾਹਰ ਵਕੀਲ ਲਿਆਉਂਦੇ ਤਾਂ ਉਹ ਵੀ ਹਾਰ ਜਾਂਦੇ ਆ ਗੱਲ ਕਮੀ ਕਿੱਥੇ ਲੱਗਦੀ ਹੈ ਦੇਖੋ ਜਦੋਂ ਮਿਲੀ ਭੁਗਤ ਸਰਕਾਰ ਕੰਮ ਦੀ ਕੰਮ ਕਰ ਰਹੀ ਹੋਵੇ ਜਦੋਂ ਕਾਲੀ ਦਲ ਤੇ ਕਾਂਗਰਸ ਪਾਰਟੀ ਦੀ ਸਾਰੀ ਸਾਂਝੀ ਸਰਕਾਰ ਕੰਮ ਕਰ ਰਹੀ ਹੋਵੇ ਕਾਲੀ ਦਲ ਕਾਂਗਰਸ ਬੀਜੇਪੀ ਤਿੰਨਾਂ ਪਾਰਟੀਆਂ ਦੀ ਸਾਂਝੀ ਸਰਕਾਰ ਕੰਮ ਕਰ ਰਹੀ ਆ ਔਰ ਇੱਕ ਦੂਜੇ ਦੇ ਇਹਨਾਂ ਨਾਲ ਸਬੰਧ ਨੇ ਕਿ ਇੱਕ ਦੂਜੇ ਨਾਲ ਰਿਸ਼ਤੇ ਨੇ ਕਿ ਜਦੋਂ ਇੱਕ ਫਸ ਜਾਂਦਾ ਦੂਜਾ ਬਚਾਉਂਦਾ ਦੂਜਾ ਫਸ ਜਾਂਦਾ ਪਹਿਲਾ ਬਚਾਉਂਦਾ ਤੁਸੀਂ ਦੇਖੋ ਪੁਰਾਣਾ ਸਿਟੀ ਸਕੈਮ ਦਾ ਕੇਸ ਇੰਪਰੂਵਮੈਂਟ ਟਰਸਟ ਦਾ ਕੇਸ ਕੇਸ ਬਾਦਲਾਂ ਦੇ ਉੱਤੇ ਕ腐ਸ਼ਨ ਦਾ ਕੇਸ ਸਾਰੇ ਕੇਸਾਂ ਦੇ ਵਿੱਚ ਜਿਹੜੇ ਗਵਾਹ ਤੱਕ ਮੁੱਕਰ ਗਏ ਜ਼ੀਰੋ ਗਵਾਹ ਹੋਇਆਗਾ ਔਰ ਇੱਥੋਂ ਤੱਕ ਕਿ ਸਰਕਾਰੀ ਗਵਾਹ ਵੀ ਮੁੱਕਰ ਗਏ ਕੋਈ ਕਾਰਵਾਈ ਨਹੀਂ ਹੋਈ ਹੈਗੀ ਇਹ ਤਾਂ ਜਿਹੜੀ ਰਵਾਇਤ ਆ ਪਿਛਲੇ 10-15 ਸਾਲਾਂ ਤੋਂ ਪੰਜਾਬ ਵਿੱਚ ਚੱਲੀ ਆ ਰਹੀ ਆ ਸੋ ਇਸ ਰਵਾਇਤ ਨੂੰ ਆਮ ਆਦਮੀ ਪਾਰਟੀ ਤੋੜੂਗੀ ਜਿਹੜਾ ਇਹਨੂੰ ਇਸ ਵਾਰ ਪੰਜਾਬ ਦੇ ਲੋਕ ਪੰਜਾਬੀ ਜਿਹੜੇ ਹੈਗੇ ਨੇ ਜਿਹੜਾ ਹੈਗਾ ਸਾਫ ਕਰਨਗੇ ਔਰ ਜਿਹੜੀ ਸਰਕਾਰ ਹੈ ਇਸ ਵਾਰ ਆਵਾ ਦੀ ਪਾਰਟੀ ਦੀ ਬਣੂਗਾ ਇਸ ਤੋਂ ਅਲੱਗ ਇੱਕ ਆਖਰੀ ਸਵਾਲ ਹੈਗਾ ਸੋਨੂ ਸੂਤ ਦੀ ਪੈਣ ਬਲਵਿਕਾ ਸੋਧ ਮੌਕੇ ਤੋਂ ਅੱਜ ਜੁਆਇਨ ਕਰ ਚੁੱਕੇ ਨੇ ਸੀਐਮ ਚੰਜੀਤ ਸਿੰਘ ਚੰਨੀ ਉੱਥੇ ਪਹੁੰਚੇ ਨਵਜੋਤ ਸਿੰਘ ਸਿੱਧੂ ਉੱਥੇ ਪਹੁੰਚੇ ਲੱਗਦਾ ਹੈ ਕਿ ਮੋਗਾ ਹਲਕਾ ਤੋਂ ਵਿਧਾਨ ਸਭਾ ਚੋਣਾਂ ਵੀ ਲੜਨਗੇ ਕਿਵੇਂ ਦੇਖੋ ਜਿੰਨੇ ਮਰਜ਼ੀ ਲੋਕਾਂ ਨੂੰ ਕਾਂਗਰਸ ਪਾਰਟੀ ਜੁਆਇਨ ਕਰਵਾ ਲੈ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਪਤਾਗਾ ਕਿ 5 ਸਾਲ ਕੋਈ ਕੰਮ ਨਹੀਂ ਕੀਤਾ ਜਿਹਨੂੰ ਮਰਜ਼ੀ ਜੁਆਇਨ ਕਰਾ ਲੈ ਸੋਨੂੰ ਸੂਦ ਨੂੰ ਕਰਵਾ ਲੈ ਜਾਂ ਕਿਸੇ ਹੋਰ ਨੂੰ ਕਰਵਾ ਲੈ ਇਸ ਵਾਰ ਪੰਜਾਬੀਆਂ ਨੇ ਮਨ ਬਣਾ ਲਿਆ ਇਹਨਾਂ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੀ ਸਿਆਸਤ ਦੇ ਵਿੱਚੋਂ ਜਿਹੜਾ ਝਾੜੂਗਾ ਉਹ ਸਾਫ਼ ਕਰੂਗਾ ਔਰ ਇਸ ਵਾਰ ਝਾੜੂ ਦਾ ਝੰਡਾ ਆਮ ਆਦਮੀ ਪਾਰਟੀ ਦਾ ਝੰਡਾ ਹਰਵਿੰਦ ਕੇਜਰੀਵਾਲ ਜੀ ਦੇਗਵਾਈ ਚ ਪੰਜਾਬ ਚ ਲਹਿਰਾਊਗਾ ਠੀਕ ਹੈ ਥੈਂਕ ਯੂ ਤਾਂ ਇਹ ਨਹੀਂ ਹਰਪਾਰ ਚੀਮਾ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਨੂੰ ਘਿਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ ਵਿਕਰਮ ਬਜੀਠਿਆ ਨੂੰ ਹਾਈ ਕੋਰਟ ਤੋਂ ਅਗਰੰਮ ਜ਼ਮਾਨਤ ਮਿਲੀ ਇਸ ਜ਼ਮਾਨਤ ਤੋਂ ਬਾਅਦ اپੋਜੀਸ਼ਨ ਲਗਾਤਾਰ ਸਰਕਾਰ ਮੈਂ ਹਲਕੀ ਆਮ ਆਦੀ ਪਾਰਟੀ ਪਹਿਲੇ ਕਹਿ ਰਹੀ ਸੀ ਕਿ ਜਿਹੜਾ ਵਿਕਰਮ ਜੀਠਿਆ ਕੇਸ ਹੈ ਬਹੁਤ ਜਿਹੜਾ ਕਮਜ਼ੋਰ ਕੇਸ ਹੈਗਾ ਇਸ ਕੇਸ ਦੇ ਵਿੱਚ ਬਹੁਤਾ ਜਿਆਦਾ ਕੁਝ ਨਹੀਂ ਨਿਕਲਣਾ ਤੇ ਅੰਤ ਦੇ ਵਿੱਚ ਵਿਕਰਮ ਜੀਠਿਆ ਨੂੰ ਬੇਲ ਮਿਲ ਜਾਏਗੀ ਤੇ ਉਹ ਉਹ ਉਹੀ ਹੁੰਦਾ ਹੋ ਨਜ਼ਰ ਆ ਰਿਹਾ ਹਾਲਕੀ ਇਸ ਮਾਮਲੇ ਦੇ ਵਿੱਚ ਹਲੇ ਸਰਕਾਰ ਦਾ ਪੱਖ ਨਹੀਂ ਆਇਆ ਸਰਕਾਰ ਕੀ ਆਪਣਾ ਪੱਖ ਰੱਖਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਕੈਮਰਾਮੈਨ ਦੀਪਕ ਦਿਨਾਰਵਿੰਦਰ ਸਿੰਘ ਦੈਨਿਕ ਸੋਰਾ ਟੀਵੀ ਚੱਲ ਗਿਆ अलीशा बेगम ना कोई चैलेंज ना कोई इनाम सिर्फ काम को सलाम वशीकरण करवाना हो या तुड़वाना हो प्यार में धोखा शादी के लिए माँ बाप का नाम मानना काम वही जो सर चढ़कर बोले इधर उधर ना भटके दुआ भी तकदीर बदल सकती है सोचने से नहीं फोन करने से दुख दूर होंगे झूठे और मीठे बनकर लूटने वालों से सावधान हर समस्या का समाधान तीन दिनों में किया जाता है अगर आपकी किस्मत में लॉटरी है तो इसे कैसे हासिल करे सुपर स्पेशलिस्ट पति पत्नी में अनबन प्रेम विवाह नौकरी कारोबार में रुकावट कोर्ट के तलाक के स्वतन दुश्मन से छुटकारा लॉटरी सट्टा नंबर वशीकरण करवाना ਇਹ ਤੜਵਣਾ ਬਿਮਾਰੀ ਵਿੱਚ ਦਵਾਈ ਨਾ ਲੱਗਣਾ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕੀ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 121% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਾਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਉਣਾ ਹੁਣੇ ਕਾਲ ਕਰੋ ਬਾਬਾ सलीम ਖਾਨ 9819937460